Poet Sant Singh Sekhu. This poem is about the art of poet. According to Sant Singh Sekhu, a poet is a person whose exercise of a memory and imagination lead to the creation of a poem out of the raw material of life and experience. Alone in the night, ਕਹਿੰਦੇ ਕੀ ਹੋਇਆ ਕਿ alone in the night, ਕਵੀ ਜਿਹੜਾ ਹੈਗਾ ਉਹ ਰਾਤ ਦੇ ਹਨੇਰੇ ਵਿੱਚ ਇਕੱਲਾ ਆ, ਠੀਕ ਆ, ਰਾਤ ਦਾ ਸਮਾਂ ਹੈਗਾ ਆ. ਇਨ ਹਿਸ ਰੂਮ, ਕਹਿੰਦੇ ਆਪਣੇ ਰੂਮ ਵਿੱਚ ਬੈਠਣੇ ਆਪਣੇ ਰੂਮ ਵਿੱਚ ਹੈਗਾ ਆ. ਇਲੈਕਟ੍ਰੋਨਿਕ ਡੇ ਜਿਹੜਾ ਹੈਗਾ, ਦਿਨ ਚੜ੍ਹਨ ਦਾ ਸਮਾਂ ਹੋ ਚੁੱਕਾ ਆ, ਮਤਲਬ ਜੇ ਰਾਤ ਇਹ ਕਨਵਰਟ ਹੋ ਰਹੀ ਆ ਦਿਨ ਦੇ ਵਿੱਚ. ਹੀ ਸਿਟਸ, ਕਹਿੰਦੇ ਬੈਠਾ ਹੋਇਆ ਹੈਗਾ ਆ. ਰੀਕੋਲਿੰਗ, ਕਹਿੰਦੇ ਉਹ ਹੁਣ ਯਾਦ ਕਰ ਰਿਹਾ ਹੈਗਾ ਆਪਣੇ ਓਲਡ ਐਕਸਪੀਰੀਅੰਸ ਨੂੰ, ਸ਼ੇਵਰਸ ਨੂੰ. ਟੂ ਥਿੰਕ, ਕਹਿੰਦੇ ਸੋਚ ਰਿਹਾ ਹੈਗਾ. ਹਾਓ ਹੀ ਮਾਈਟ, ਕਹਿੰਦੇ ਉਹ ਕਿਵੇਂ ਸੱਚਮੁੱਚ ਜਿਹੜਾ ਹੈਗਾ ਆ ਰੀਸ਼ੇਪ ਕਰ ਸਕਦਾ ਹੈਗਾ ਕਿ ਚਾਈਨਾ ਦੇ ਕਲੇ ਨੂੰ, ਕਹਿੰਦੇ ਜਿਹੜਾ ਹੈਗਾ ਰੋ ਮਟੀਰੀਅਲ ਹੈਗਾ ਆ, ਠੀਕ ਆ, ਉਹਨੂੰ ਕਿੱਦਾਂ ਕਨਵਰਟ ਕਰ ਸਕਦਾ ਹੈਗਾ ਉਹ ਸਟਰੋਂਗ ਮਟੀਰੀਅਲ ਦੇ ਵਿੱਚ. ਹਾਂਜੀ, ਕਵੀ ਨੇ ਕੀ ਕਿਹਾ ਹੈ ਕਿ ਕਵੀ ਆ, ਠੀਕ ਆ, ਬਿਲਕੁਲ ਇਕੱਲਾ ਬੈਠਾ ਹੈਗਾ, ਕਿੱਦਾਂ ਆਪਣੇ ਵਿਚਾਰਾਂ ਨੂੰ ਸਟਰੋਂਗਲੀ ਦੁਨੀਆ ਦੇ ਅੱਗੇ ਬਿਊਟੀਫੁਲੀ ਪੇਸ਼ ਕਰ ਸਕਦਾ ਆ. ਹੀ ਕੈਨੋਟ ਚੇਂਜ ਹਿਸ ਸੋਰਸ, ਕਹਿੰਦੇ ਉਹ ਕੀ ਚਾਹੁੰਦਾ ਹੈਗਾ ਆ, ਠੀਕ ਆ, ਕਵੀ ਆਪਣੇ ਵਿਚਾਰਾਂ ਅਤੇ ਐਕਸਪੀਰੀਅੰਸ ਦੇ ਦੁਆਰਾ ਕੀ ਚਾਹੁੰਦਾ ਹੈਗਾ ਆ ਕਿ ਉਹ, ਠੀਕ ਆ, ਜਿਹੜੇ ਸੋਰਸਿਸ ਹੈਗੇ ਉਹਨੂੰ, ਜਿਹੜੀ ਉਹਦੀ ਐਗਜਿਸਟਿੰਗ ਹੈਗੀ ਉਹਦੇ ਵਿਚਾਰਾਂ ਦੀ ਜਾਂ ਉਹਦੀ ਪੀਸ ਆਫ ਆਰਟ ਦੀ, ਉਹਨੂੰ ਉਹ ਚੇਂਜ ਨਹੀਂ ਕਰ ਸਕਦਾ. ਦ ਵੀ ਸਟੋਨ ਹਿਸ ਕੱਪ, ਜਿਹੜਾ ਕਹਿੰਦੇ ਉਹਦਾ ਜਿਹੜਾ ਕੱਪ ਸੀਗਾ ਉਹ ਬਹੁਤ ਹੀ ਅਗਲੀ ਸ਼ੇਪ ਵਿੱਚ ਸੀਗਾ. ਹੀ ਕੈਨ ਨੇਵਰ ਬਿਊਟੀ ਮੇਕ ਇਟ, ਕਹਿੰਦੇ ਉਹ ਜਿਹੜਾ ਕਵੀ ਸੀਗਾ ਉਹ ਉਸਨੂੰ ਬਿਊਟੀਫੁਲੀ ਨਹੀਂ ਬਣਾ ਸਕਦਾ ਸੀਗਾ. ਹੁਣ ਜਿਹੜੇ ਹੈਗੇ ਕਵੀ ਕੀ ਕਹਿ ਰਿਹਾ ਕਿ ਜਿਹੜੇ ਉਹਦੇ ਆਪਣੇ ਜਿਹੜੀ ਲਿਖਤ ਹੈਗੀ ਆ, ਠੀਕ ਆ, ਉਹਨੂੰ ਐਜ ਇਟ ਇਜ਼ ਹੀ ਉਹ ਦੂਜੇ ਸਾਹਮਣੇ ਪੇਸ਼ ਕਰ ਸਕਦਾ ਆ. ਵਿੱਚ ਕੀ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ, ਜੇ ਇੱਕ ਕਵੀ ਆ, ਕਵੀ ਦਾ ਆਪਣੀ ਜਿਹੜਾ ਕੰਮ ਹੈਗਾ ਬਹੁਤ ਹੀ ਮੁਸ਼ਕਿਲ ਹੁੰਦਾ ਹੈਗਾ, ਪਰ ਉਹ ਆਪਣੀ ਇਮੈਜੀਨੇਸ਼ਨ ਦੀ ਸ਼ਕਤੀ ਦੇ ਨਾਲ ਉਹ ਸਾਰੀਆਂ ਹੀ ਚੀਜ਼ਾਂ ਨੂੰ, ਠੀਕ ਆ, ਆਰਟਿਸਟਿਕ ਸ਼ੇਪ ਦੇ ਸਕਦਾ ਆ. ਹੋਰਸ ਕਵੀ ਕੀ ਕਹਿ ਰਿਹਾ ਹੈ, ਕਹਿੰਦੇ ਚਾਹੇ ਮੁਸ਼ਕਿਲ ਕੰਮ ਹੈਗਾ ਆ ਪਰ ਉਸਨੂੰ ਬਹੁਤ ਹੀ ਸਟਰੋਂਗਲੀ ਸੋਚਣਾ ਪੈਣਾ ਹੈਗਾ ਆ. ਪੁੱਲ ਅਲੋਂਗ, ਆਪਣੀ ਜਿਹੜੀ ਉਹਦੀ ਸੋਚ ਹੈਗੀ ਉਸਨੂੰ ਅੱਗੇ ਕਾਫੀ ਲੰਬਾ ਖਿੱਚਣਾ ਚਾਹੀਦਾ ਹੈਗਾ ਆ. ਹੀ ਫਰੈਂਸ ਮੈਨ, ਕਹਿੰਦੇ ਆ ਕਵੀ ਕੀ ਕਹਿ ਰਿਹਾ, ਉਸਨੂੰ ਇੱਕ ਫਰੈਂਸ ਮੈਨ ਦੀ ਤਰ੍ਹਾਂ ਜਿਹੜਾ ਹੈਗਾ ਬਣ ਜਾਣਾ ਚਾਹੀਦਾ ਹੈਗਾ, ਜਿਹੜਾ ਕਿ ਸਕ੍ਰੈਪਰ ਨੂੰ ਮੈਲਟ ਕਰਨ ਦੇ ਲਈ ਆਇਰਨ ਦੀ ਭੱਠੀ ਵੀ ਸੁੱਟ ਰਿਹਾ ਹੋਵੇ. ਐਂਡ ਆਲ ਦਾ ਵਰਲਡ ਓਲਡ ਚਾਈਨਾ ਹਿਸ ਫਾਇਰ ਮਸਟ ਇਸ. ਹਾਂਜੀ, ਕਵੀ ਕੀ ਕਹਿ ਰਿਹਾ ਹੈਗਾ ਆ ਕਿ ਕਵੀ ਨੂੰ, ਠੀਕ ਆ, ਉਹ ਜਿਹੜਾ ਮੋਲਟਨ ਮਟੀਰੀਅਲ ਵਾ ਜਿੱਦਾਂ ਕਿ ਓਲਡ ਚਾਈਨਾ, ਠੀਕ ਆ, ਉਹਨੂੰ ਲੈਣਾ ਚਾਹੀਦਾ ਹੈਗਾ ਅਤੇ ਉਸਨੂੰ ਇੱਕ ਨਵੀਂ ਸ਼ੇਪ ਦੇਣੀ ਚਾਹੀਦੀ ਹੈਗੀ ਆ, ਠੀਕ ਆ, ਜਿਹਦੇ ਨਾਲ ਜਿਹੜੀ ਕਵੀ ਦੀ ਜਿਹੜੀ ਪੋਇਟਰੀਕਲ ਆ, ਜਿਹੜਾ ਪੋਇਟਿਕ ਆਰਟ ਹੈਗਾ ਆ ਉਹ ਹੋ ਜਾ ਸਕਿੱਲਫੁਲ ਬਣ ਜਾਵੇ. ਨੀਅਰ ਹਿਜ ਫਿਲੋਸਫਰ ਸਟੋਨ, ਕਵੀ ਕੀ ਕਹਿ ਰਿਹਾ ਹੈਗਾ ਜਿਹੜੀ ਉਹਦੀ, ਠੀਕ ਆ, ਜਿਹੜਾ ਉਹਦਾ ਟੈਲੈਂਟ ਆ ਪੋਇਟਰੀ ਲਿਖਣ ਦਾ ਅਤੇ ਜਿਹੜੀ ਉਹਦੀ ਫਿਲੋਸਫੀ ਹੈਗੀ, ਜਿਹੜੀ ਉਹਦੀ ਵਿਚਾਰਧਾਰਾ ਹੈਗੀ ਆ, ਉਹ ਇੱਕ ਸਟੋਨ ਦੇ ਵਾਂਗੂ ਹੈਗੀ ਆ, ਠੀਕ ਆ, ਪੁੱਟ ਇਨ ਟੂ ਦਾ ਮੌਲਡ, ਕਹਿੰਦੇ ਜਿਹੜਾ ਸਟੋਨ ਰਾਜਾ ਹੁੰਦਾ ਹੈਗਾ, ਲਾਈਕ ਜਿੱਦੋਂ ਆਪਾਂ ਸੋਨਾ ਵਗੈਰਾ ਬਣਾਉਂਦੇ ਹੈਗੇ ਆ, ਕਹਿੰਦੇ ਉਹਨੂੰ ਕੀ ਕਰਨਾ ਚਾਹੁੰਦਾ ਹੈਗਾ ਆ, ਮੌਲਡ ਦੇ ਵਿੱਚ ਸਾਂਚੇ ਵਿੱਚ ਢਾਲਣਾ ਚਾਹੁੰਦਾ ਆ. ਹੀ ਥਿੰਕ, ਕਹਿੰਦੇ ਉਹ ਕੀ ਸੋਚਦਾ ਹੈਗਾ, ਵਿਲ ਚੇਂਜ ਕਿ ਉਹ ਪੁਰਾਣੇ ਵਿਲ ਚੇਂਜ ਕੋਲਡ ਚਾਈਨਾ, ਕਿ ਉਹ ਪੁਰਾਣੇ ਚਾਈਨਾ ਦੇ ਆਰਟ ਨੂੰ ਇੱਕ ਨਵੇਂ ਸਾਂਚੇ ਵਿੱਚ ਪਾ ਕੇ ਨਵੀਂ ਵਿਚਾਰਧਾਰਾ ਦੇ ਨਾਲ ਅੱਗੇ ਲੈ ਕੇ ਆਵੇ. ਇਨ ਟੂ ਲਸਟੀ ਗਲੀਮਿੰਗ ਗੋਲਡ, ਉਹ ਕੀ ਚਾਹੁੰਦਾ ਹੈਗਾ ਆ ਕਿ ਉਹ, ਠੀਕ ਆ, ਜਿਹੜਾ ਇਹ ਆਪਣੇ ਵਿਚਾਰ ਹੈਗੇ ਆ ਕਨਵਰਟ ਕਰ ਦੇਵੇ ਸ਼ਾਈਨਿੰਗ ਗੋਲਡ ਦੇ ਵਿੱਚ. ਕਵੀ ਸੋਚਦਾ ਆ ਵਿਲ ਚੇਂਜ ਕੋਲਡ ਚਾਈਨਾ, ਜਿਹੜਾ ਓਲਡ ਚਾਈਨੀਜ਼ ਆਰਟ ਹੈਗਾ ਆ ਉਹਨੂੰ ਸਾਂਚੇ ਵਿੱਚ ਪਾ ਕੇ ਨਵਾਂ ਰੂਪ ਦਿੱਤਾ ਜਾਵੇ. ਇਨ ਟੂ ਲਸਟੀ ਗਲੇਮੀ ਗੋਲਡ, ਠੀਕ ਆ, ਸਾਂਚੇ ਵਿੱਚ ਪਾ ਕੇ ਇੱਕ ਨਵਾਂ ਅਤੇ ਜਿਹੜਾ ਗੋਲਡ ਜਿਹੜਾ ਹੈਗਾ ਆ ਉਹਨੂੰ ਇੱਕ ਨਵੀਂ ਸ਼ਾਈਨ ਦੇ ਦਿੱਤੀ ਜਾਵੇ. ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਆ ਕਿ ਜਿਹੜੇ ਉਹਦੇ ਵਿਚਾਰ ਹੈਗੇ ਆ, ਜਿਹੜੀ ਉਹਦੀ ਵਿਚਾਰਧਾਰਾ ਹੈਗੀ ਆ ਉਹਨੂੰ ਆਪਣੇ ਐਕਸਪੀਰੀਅੰਸ ਦੀ ਭੱਠੀ ਵਿੱਚ ਪਾਵੇ ਤਾਂ ਜੋ ਉਹਨਾਂ ਵਿੱਚ ਇੱਕ ਗੋਲਡ ਦੇ ਵਾਂਗੂ ਇੱਕ ਜਿਹੜੀ ਨਵੀਂ ਸ਼ਾਈਨ ਹੈਗੀ ਆ ਉਹ ਆ ਜਾਵੇ. ਹੀ ਐਂਡਸ ਵਾਈ ਬੀਇੰਗ ਅ ਪੋਇਟ, ਕਹਿੰਦੇ ਹੁਣ, ਠੀਕ ਆ, ਅੰਤ ਵਿੱਚ ਕਿਹਦਾ ਇਹਦਾ ਨਤੀਜਾ ਕੀ ਨਿਕਲਿਆ ਕਿ ਕਵੀ ਇੱਕ ਪੋਇਟ ਬਣ ਗਿਆ ਸੀ ਅਤੇ ਉਹ ਖਤਮ ਹੋ ਗਿਆ ਸੀ. ਐਂਡ ਮੇਕ, ਕਹਿੰਦੇ ਉਹਨੇ ਕੀ ਮੇਕ ਕਰ ਲਿਆ, ਕੀ ਬਣਾ ਲਿਆ ਸੀ, ਸਮ ਬਰਸੀ ਵਰਸਿਸ, ਕੁਝ ਜਿਹੜੀਆਂ ਹੈਗੀਆਂ ਆ ਲਾਈਨਾਂ ਨੂੰ ਜੋੜ ਕੇ, ਤੁੱਕਾਂ ਨੂੰ ਜੋੜ ਕੇ ਇੱਕ ਉਹਨੇ
ਇੱਕ ਉਹਨੇ ਕਵਿਤਾ ਦੀ ਰਚਨਾ ਕਰ ਲਈ ਸੀ ਐਂਡ ਥਿੰਕ ਹੀ ਹੈਜ਼ ਰੀਫੈਸ਼ਨਡ, ਕਹਿੰਦੇ ਹੁਣ ਉਹ ਸੋਚ ਰਿਹਾ ਸੀ ਕਿ ਉਸਨੇ ਜਿਹੜੀ ਪੁਰਾਣੀ ਜਿਹੜੀ ਹੈਗੀ ਆ ਕਵਿਤਾ ਸੀ ਉਸਨੂੰ ਨਵੀਂ ਵਿਚਾਰਧਾਰਾ ਦੇ ਕੇ ਇੱਕ ਨਵੇਂ ਸਾਂਚੇ ਵਿੱਚ ਪਾ ਕੇ ਨਵੀਂ ਚੀਜ਼ ਬਣਾ ਦਿੱਤੀ ਹੈਗੀ ਆ। ਓਲ ਥਿੰਗਸ ਇਨ ਬਿਊਟੀ, ਕਹਿੰਦੇ ਸਾਰੀਆਂ ਹੀ ਚੀਜ਼ਾਂ ਬਹੁਤ ਹੀ ਬਿਊਟੀਫੁਲ ਸੀਗਾ, ਸਾਰੇ ਹੀ ਸ਼ਬਦ ਜਿਹੜੇ ਉਹਨੇ ਯੂਜ਼ ਕੀਤੇ ਸੀ ਬਹੁਤ ਹੀ ਜ਼ਿਆਦਾ ਸੋਹਣੇ ਸੀਗੇ। ਨਰਸਿਸ ਦ ਥੋਟਸ ਟਿਲ ਹੀ ਮਸਟ ਬਿਲੀਵ ਇਟ, ਕਹਿੰਦੇ ਜਿਹਨਾਂ ਵਿਚਾਰਾਂ ਉੱਪਰ ਉਹ ਸੋਚ ਵਿਚਾਰ ਕਰ ਰਿਹਾ ਸੀਗਾ ਉਸਨੂੰ ਉਹ ਬਹੁਤ ਹੀ ਜ਼ਿਆਦਾ ਦ ਥੋਟ ਟਿਲ ਹੀ ਮਸਟ ਬਿਲੀਵ ਇਟ, ਕਹਿੰਦੇ ਜੋ ਉਹਨੇ ਸੋਚ ਵਿਚਾਰ ਕੇ ਕਵਿਤਾ ਲਿਖੀ ਕਹਿੰਦੇ ਹੁਣ ਉਹ ਯਕੀਨ ਵੀ ਨਹੀਂ ਕਰ ਰਿਹਾ ਸੀਗਾ। ਇਟ ਮੇ ਨੋਟ ਬੀ ਅ ਗੋਲਡ, ਇਟ ਇਜ਼ ਅ ਸਿਲਵਰ, ਕਹਿੰਦੇ ਉਹ ਕੀ ਕਹਿ ਰਿਹਾ ਸੀਗਾ, ਕਹਿੰਦੇ ਇਹ ਗੋਲਡ ਨਹੀਂ ਹੈਗਾ, ਇਹ ਸਿਰਫ ਸਿਲਵਰ ਹੀ ਹੈਗਾ ਆ। ਬਾਏ ਦਾ ਟਾਈਮ ਹੀ ਕਮ ਟੂ ਲੀਵ ਇਟ, ਹਾਂਜੀ ਇਟ ਮੇ ਨੋਟ ਬੀ ਅ ਗੋਲਡ ਇਟ ਇਜ਼ ਸਿਲਵਰ ਬਾਏ ਦਾ ਟਾਈਮ ਹੀ ਕੇਮ ਟੂ ਲੀਵ ਇਟ, ਹਾਂਜੀ ਕਵੀ 'ਚ ਕੀ ਕਹਿ ਰਿਹਾ ਆ ਕਿ ਜਿਹੜੀ ਉਹਨੇ ਕਵਿਤਾ ਬਣਾਈ ਸੀ ਥੋੜ੍ਹੀ ਜਿਹੀ ਇਨਫੀਰੀਅਰ ਸੀਗੀ, ਠੀਕ ਹੈ ਜੇਕਰ ਆਪਣਾ ਗੋਲ ਨੂੰ ਕੰਪੈਰੀਜ਼ਨ ਕਰੀਏ ਉਹਦੀ ਪੋਇਟਰੀ ਨਾਲ, ਥੋੜ੍ਹੀ ਜਿਹੀ ਕਹਿੰਦੇ ਉਹਦੀ ਜਿਹੜੀ ਪੋਇਟਰੀ ਸੀਗੀ ਇਨਫੀਰੀਅਰ ਸਾਬਤ ਹੋਈ, ਜਿੱਦਾਂ ਕਿ ਸਿਲਵਰ ਹੋਵੇ। ਹੋਰ ਕੀ ਕਹਿ ਰਿਹਾ ਸੀ ਕਿ ਉਹ ਠੀਕ ਹੈ ਜਿਹੜਾ ਕਵੀ ਹੈਗਾ ਉਹ ਕੀ ਚਾਹੁੰਦਾ ਸੀਗਾ ਕਿ ਉਹ ਰੋ ਮਟੀਰੀਅਲ ਬਾਰ ਬਾਰ ਯੂਜ਼ ਕਰੇ ਆਪਣੇ ਐਕਸਪੀਰੀਅੰਸ ਦੇ ਆਧਾਰ ਦੇ ਉੱਪਰ, ਅਤੇ ਇੱਕ ਜਿਹੜੀ ਹੈਗੀ ਆ ਇੱਕ ਰੀਅਲ ਗੋਲਡ ਦੇ ਵਾਂਗੂ ਹੀ ਇੱਕ ਕਵਿਤਾ ਦਾ ਨਿਰਮਾਣ ਕਰੇ।